ਬੀਤੇ ਦਿਨ ਹੀ ਪੰਜਾਬ ਦੇ ਨਵੇਂ ਬਣੇ ਪੁਲਿਸ ਮੁਖੀ DGP ਦਿਨਕਰ ਗੁਪਤਾ ਦੀ ਪਾਕਿਸਤਾਨੀ ਨਾਗਰਿਕ ਅਰਸ਼ਾ ਆਲਮ ਨਾਲ ਤਸਵੀਰ ਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਸਵਾਲ ਚੁੱਕੇ ਨੇ। ਇੱਥੇ ਤਸਵੀਰ ਜਾਰੀ ਕਰਦੇ ਖਹਿਰਾ ਨੇ ਕਿਹਾ ਹੈ ਕਿ DGP ਦੀ ਕਾਫੀ ਆਲੋਚਨਾ ਕੀਤੀ ਹੈ। ਖਹਿਰਾ ਨੇ ਦਿਨਕਰ ਗੁਪਤਾ ਦੇ ਸਵਾਲ ਚੁੱਕਦਿਆਂ ਕਿਹਾ ਹੈ ਕਿ DGP ਪਾਕ ਔਰਤਾਂ ਨਾਲ ਪਾਰਟੀਆਂ ਕਰਦਾ ਹੈ। ਉਹਨਾਂ ਤਸਵੀਰ ਦਿਖਾਉਂਦਿਆਂ ਕਿਹਾ ਹੈ ਕਿ ਦਿਨਕਰ ਗੁਪਤਾ ਅਰੁਸ਼ਾ ਦੀ ਗੋਡੀ ਹੱਥ ਲਗਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਂਦਿਆਂ ਕਿਹਾ ਹੈ ਕਿ ਚੰਗੇ ਅਫਸਰ ਛੱਡ ਕੇ ਅਜਿਹੇ DGP ਨਿਯੁਕਤ ਕੀਤੇ ਜਾਣ ਦਾ ਮੱਧਭਾਗ ਆਏ। ਸੁਖਪਾਲ ਖਹਿਰਾ ਇੱਥੇ ਹੀ ਨਹੀਂ ਰੁਕੇ, ਉਹਨਾਂ ਨੇ ਇਸ ਮਸਲੇ ਵਿੱਚ ਮੋਦੀ ਸਰਕਾਰ ਨੂੰ ਵੀ ਲਪੇਟ ਲਿਆ। ਉਹਨਾਂ ਕਿਹਾ ਹੈ ਕਿ DGP ਦਿਨਕਰ ਗੁਪਤਾ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਜ਼ ਡੋਲਾਪਾਲ ਨਾਲ ਨਜ਼ਦੀਕੀਆਂ ਹਨ। ਉਹਨਾਂ ਨੇ ਕਿਹਾ ਹੈ ਕਿ ਕੈਪਟਨ ਆਵਾਜ਼ ਬੁਲੰਦ ਕਰਨ ਦਾ ਦਮ ਰੱਖਣ ਵਾਲੇ ਅਫਸਰਾਂ ਨੂੰ ਖੁੰਝੇ ਲਾਉਣ ਦੇ ਰਹਿੰਦੇ ਨੇ। ਜਿਹੜਾ ਦਿਨਕਰ ਗੁਪਤਾ ਨੂੰ DGP ਬਣਾਇਆ ਗਿਆ, ਮੇਰਾ ਇਹ ਮੰਨਣਾ ਕਿ ਉਹਦੇ ਦੋ ਕਨੈਕਸ਼ਨਸ ਨੇ ਜਿਹਦੇ ਕਰਕੇ ਉਸ ਨੂੰ DGP ਬਣਾਇਆ ਗਿਆ। DGP ਮੈਰਿਟ ਦੇ ਆਧਾਰ ਤੇ ਨਹੀਂ ਬਣਾਇਆ ਗਿਆ। DGP ਨੇ ਉਹਨੂੰ DGP ਬਣਾਉਣ ਵਾਸਤੇ ਕਈਆਂ ਦੀ ਸੀਨੀਓਰਿਟੀ ਤੋੜੀ ਗਈ ਹੈ, ਪੁਲਿਸ ਦੀ ਹਾਇਰਆਰਕੀ ਨੂੰ ਡਿਮੋਰਲਾਈਜ਼ ਕੀਤਾ ਗਿਆ। ਪੁਲਿਸ ਦੇ ਉਹ ਲੋਕ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ ਸੇਵਾ ਕਰ ਦਿੱਤੀ, ਉਹਨਾਂ ਦਾ ਮੋਰਾਲ ਡਾਊਨ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਜਸਟ ਫੋਰ ਹਿਸ ਪਰਸਨਲ ਵਿਮਸ ਐਂਡ ਫੈਂਸੀਸ ਐਂਡ ਆਲਸੋ ਸਮ ਆਰਡਰਸ ਫਰੋਮ ਦਾ ਟੌਪ ਦਿੱਲੀ ਗਵਰਨਮੈਂਟ। ਅਤੇ ਸਭ ਤੋਂ ਦੁਖਦਾਈ ਗੱਲ ਹੈ ਕਿ ਜਿਹੜਾ DGP ਆ ਤੁਸੀਂ ਦੇਖੋ ਅਰੁਸਾ ਆਲਮ ਨੇ ਲਵਾਇਆ ਵਾ ਇਸਨੂੰ, ਇਹ ਕਾਂਗਰਸ ਦੀ ਸਰਕਾਰ ਦਾ DGP ਨਹੀਂ ਹੈ। ਐਂਡ ਲੁੱਕ ਐਟ ਦ ਪੁਲਿਸ ਆਫਿਸਰ ਇਨ ਅ ਯੂਨੀਫਾਰਮ, ਯੂ ਨੋ, ਦੇਖੋ ਤੁਸੀਂ, ਡਜ਼ ਇਟ ਲੁੱਕ ਬਿਹੋਵ ਆਫ ਅ ਪੁਲਿਸ ਆਫਿਸਰ ਜਿਹੜਾ ਯੂਨੀਫਾਰਮ ਪਾ ਕੇ ਬੈਠਾ ਹੋਇਆ ਅਤੇ ਇੱਕ ਪਾਕਿਸਤਾਨ ਦੀ ਵਿਦੇਸ਼ੀ ਔਰਤ ਨਾਲ ਉਹ ਫੋਟੋ ਖਿਚਵਾ ਰਿਹਾ। ਐਂਡ ਮੈਂ ਫੋਟੋ ਹਾਲੇ ਪੂਰੀ ਇਲੈਬੋਰੇਟ ਨਹੀਂ ਕਰ ਸਕਦਾ, ਚੰਗਾ ਤਾਂ ਨਹੀਂ ਲੱਗਦਾ। ਇੱਥੇ ਹੱਥ ਪਾਇਆ ਉਹਨੇ, ਇੱਥੇ ਤੁਹਾਨੂੰ ਮੈਂ ਫੋਟੋ ਈਮੇਲ ਕਰ ਦੂੰਗਾ। ਉਹਨੇ ਅਰੁਸਾ ਨੇ DGP ਦੇ ਹੱਥ ਮੋਢੇ ਦੇ ਉੱਤੇ ਵੀ ਰੱਖਿਆ ਹੋਇਆ ਵਾ, ਮਤਲਬ ਕਿ ਉਹਦੇ ਅਧੀਨ ਹੈ ਇਹ DGP। ਅਰੁਸਾ ਤੋਂ ਬਗੈਰ ਪੰਜਾਬ ਦੇ ਵਿੱਚ ਨਹੀਂ ਚੱਲ ਸਕੇਗਾ। ਔਰ ਇਹ ਦਿਨਕਰ ਗੁਪਤਾ ਮੇਰਾ ਕਿਸੇ ਨਾਲ ਕੋਈ ਪਰਸਨਲ ਨਹੀਂ ਹੈ ਇਸ਼ੂ, ਨਥਿੰਗ ਐਟ ਆਲ, ਬਟ ਹੀ ਇਜ਼ ਦਾ ਸੇਮ ਮੈਨ ਜਿਹੜਾ ਇੰਟੈਲੀਜੈਂਸ ਬਿਊਰੋ ਵਿੱਚ ਦਿੱਲੀ ਕੰਮ ਕਰਦਾ ਸੀ। ਐਜ ਇੰਟੈਲੀਜੈਂਸ ਬਿਊਰੋ ਮੈਨ ਇਹਨਾਂ ਦੇ ਉੱਤੇ ਇਲਜ਼ਾਮ ਲਾਏ, ਪਤਾ ਕਿਸ ਨੇ ਲਾਏ ਸੀਗੇ? ਪ੍ਰਣਬ ਮੁਖਰਜੀ ਨੇ, ਦੀ ਦੈਨ ਡਿਫੈਂਸ ਮਿਨਿਸਟਰ, ਐਕਿਊਜ਼ਡ ਦੀ IB ਦਿਸ ਪਰਟੀਕੁਲਰ ਆਫਿਸਰ ਆਫ ਬਗਿੰਗ ਇਜ਼ ਆਫਿਸ, ਮਤਲਬ ਉਹਦੇ ਆਫਿਸ ਦੇ ਵਿੱਚ ਟੈਲੀਫੋਨ ਰਿਕਾਰਡਿੰਗ ਦਾ ਮੈਕੇਨਿਜ਼ਮ ਪ੍ਰਣਬ ਮੁਖਰਜੀ ਦੇ ਦਫ਼ਤਰ ਵਿੱਚ ਲਾਉਣ ਵਾਲਾ ਵਿਅਕਤੀ ਅੱਜ ਪੰਜਾਬ ਦਾ DGP ਹੈ। ਔਰ ਇਹ ਰਿਪੈਟਰੀਏਟ ਕੀਤਾ ਗਿਆ ਫਰੋਮ IB ਔਨ 2 ਕਾਊਂਟਸ, 1 ਆਫ ਕੋਰਸ ਦੀ ਇਸ਼ੂ ਆਫ ਬਗਿੰਗ, ਐਂਡ ਦੂਸਰਾ ਕਿ ਜਦੋਂ ਬਰਾਕ ਓਬਾਮਾ ਨੇ ਵਿਜ਼ਿਟ ਕੀਤਾ ਸੀ ਇੰਡੀਆ, ਹੀ ਵੈਂਟ ਓਵਰਬੋਰਡ ਟੂ ਹੈਵ ਸੈਪਰੇਟ ਮੀਟਿੰਗਸ ਔਰ ਯੂ ਨੋ ਟਾਈ ਅਪ ਵਿਦ ਜਿਹੜੇ CIA ਦੇ ਉੱਥੇ ਉਹਦੇ ਪਿੱਛੇ ਬੈਕਅਪ ਟੀਮ ਆਈ ਸੀ, ਉਹਨਾਂ ਦੇ ਨਾਲ ਆਪਣੇ ਲਹਿਦੇ ਤਲੁਕਾਤ ਬਣਾ ਕੇ ਫਿਰਦੇ ਸੀਗੇ। ਅਤੇ ਉੱਥੋਂ ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਵਾਪਸ ਪੰਜਾਬ, ਤੁਹਾਡਾ ਜਿਹੜਾ ਆਦਮੀ IB ਦੇ ਫਿੱਟ ਨਹੀਂ ਸੀਗਾ, ਜਿਹੜਾ ਆਦਮੀ ਕਈ ਪੁਲਿਸ ਆਫਿਸਰ ਤੋਂ ਕਿੰਨਾ ਹੀ ਜੂਨੀਅਰ ਸੀਗਾ, ਉਸ ਨੂੰ DGP ਲਾਉਣਾ ਬਹੁਤ ਗਲਤ ਗੱਲ ਹੈ। ਸਾਡਾ ਇਹ ਮੰਨਣਾ ਵਾ ਕਿ ਇਹ DGP ਲਾਇਆ ਤਾਂ ਹੈਗਾ ਫਿਰ ਦੁਬਾਰਾ ਅਜੀਤ ਡੋਵਲ ਨੇ, ਪਰ ਲਾਇਆ ਹੈਗਾ ਵਾ ਅਰੁਸਾ ਆਲਮ ਦੀ ਸਿਫਾਰਿਸ਼ 'ਤੇ, ਕਿਉਂਕਿ ਹੁਣ ਅਰੁਸਾ ਆਲਮ ਨੂੰ ਉਹਦੀ ਵਿਜ਼ਿਟ ਵੀ ਤਾਂ ਫੈਸਿਲੀਟੇਟ ਕਰਨੀ ਨਾ ਗਵਰਨਮੈਂਟ ਆਫ ਇੰਡੀਆ ਨੇ ਮਿਲ ਭੁਗਤ ਕੇ। ਉਹ ਕਹਿਣਗੇ ਚੰਗਾ DGP ਅਸੀਂ ਲਾਵਾਂਗੇ, ਪਰ ਵੀਜ਼ਾ ਤੈਨੂੰ ਅਸੀਂ ਐਕਸਟੈਂਡ ਕਰ ਦਿਆ ਕਰਾਂਗੇ ਤਾਂ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰੀ ਮਕਾਨ ਦੇ ਉੱਤੇ ਆਣ ਕੇ ਰਹਿ ਸਕਦੇ ਹੋ। ਇਹ ਕ੍ਰੈਡੀਬਿਲਿਟੀ ਇੱਕ ਪੁਲਿਸ ਆਫਿਸਰ ਦੀ ਆ ਜਿਹੜਾ ਇੱਕ ਔਰਤ ਦੇ ਕੋਲੋਂ ਆਪਣੇ ਮੋਢੇ 'ਤੇ ਹੱਥ ਰਖਾ ਕੇ ਬੈਠਾ ਹੋਇਆ ਵਾ।
ਡੂ ਯੂ ਥਿੰਕ ਇਹ ਜਸਟਿਸ ਦੇ ਸਕੂਗਾ ਲੋਕਾਂ ਨੂੰ ਪੰਜਾਬ ਦੇ ਵਿੱਚ? ਹੋਵੇ ਜੀ, ਜੇ ਕਿ ਇਸ ਆਦਮੀ ਤੋਂ ਇਨਸਾਫ ਦੀ ਉਮੀਦ ਕੀਤੀ ਜਾ ਸਕਦੀ? ਕੈਨੀ ਬੀ ਫੇਅਰ ਇੰਪਾਰਸ਼ਲ? ਕੈਨੀ ਕਹਿ ਰਹੀ ਹੈ ਉਹ ਜੇ ਅਰੂਸਾ ਆਲਮ ਨੇ ਇੱਕ ਇੱਕ ਹੁਕਮ ਸੁੱਟਿਆ ਤੇ ਫਿਰ ਦਿਨਕਰ ਗੁਪਤਾ ਜੀ ਕੀ ਕਰਨਗੇ? ਔਰ ਇੱਥੇ ਬਸ ਨਹੀਂ, ਦਿਨਕਰ ਗੁਪਤਾ ਦੇ ਉੱਤੇ ਸਿਧਾਰਥ ਚੱਟੋਪਾਧਿਆ ਜਿਹੜੀ ਐਸ ਆਈ ਟੀ ਬਣਾਈ ਸੀਗੀ ਹਾਈਕੋਰਟ ਨੇ ਉਹਨਾਂ ਦੇ ਇਲਜ਼ਾਮ ਕੀ ਸੀਗੇ ਅਗੇਂਸਟ ਸੁਰੇਸ਼ ਅਰੋੜਾ ਐਂਡ ਦਿਨਕਰ ਗੁਪਤਾ? ਦੈਟ ਦੇ ਆਰ ਇਨਵੋਲਵ ਵਿਦ ਡਰੱਗ ਟੈਂਟਡ ਪੁਲਿਸ ਮੈਕਨਿਜ਼ਮ ਇਨ ਦ ਸਟੇਟ। ਇਹਨਾਂ ਦੇ ਤੁਲਕਾਤ ਉਸ ਐਸ ਆਈ ਟੀ ਦੀ ਰਿਪੋਰਟ ਵਿੱਚ ਲਿਖੇ ਗਏ ਕਿ ਇਹ ਉਹ ਜਿਹੜਾ ਡਿਸਮਿਸਡ ਇੰਸਪੈਕਟਰ ਹੈ ਇੰਦਰਜੀਤ ਸਿੰਘ ਐਂਡ ਵਨ ਰਾਜਜੀਤ ਸਿੰਘ ਹੂ ਵਾਸ ਦੈਨ ਐਸ ਐਸ ਪੀ ਤਰਨ ਤਾਰਨ, ਜਿਸ ਆਦਮੀ ਨੇ 35 ਲੱਖ ਰੁਪਇਆ ਲੈ ਕੇ ਐਨ ਡੀ ਪੀ ਐਸ ਦੇ ਵਿੱਚ ਗਲਤ ਲੋਕਾਂ ਨੂੰ ਸਹੀ ਬੰਦਿਆਂ ਨੂੰ ਛੱਡਤਾ ਤੇ ਝੂਠਿਆਂ ਨੂੰ ਇੰਪਲੀਕੇਟ ਕਰ ਦਿੱਤਾ, ਮਤਲਬ ਕਿ ਜਿਹੜੇ ਬੇਗੁਨਾਹ ਲੋਕ ਸੀ ਉਹਨਾਂ ਨੂੰ ਇੰਪਲੀਕੇਟ ਕਰਤਾ ਤੇ ਦੂਜਿਆਂ ਨੂੰ ਜਿਹੜੇ ਗੁਨਾਹਗਾਰ ਸੀ ਉਹਨਾਂ ਨੂੰ ਛੱਡ ਦਿੱਤਾ। ਇਹ ਉਹਨਾਂ ਦੇ ਨਾਲ ਤੁਲਕਾਤ ਉਸ ਐਸ ਆਈ ਟੀ ਦੀ ਰਿਪੋਰਟ ਹਾਈਕੋਰਟ ਵਿੱਚ ਨਾ। ਉਹਨਾਂ ਦੇ ਚਾਰਜਿਸ ਕੀ ਸੀਗੇ? ਆਈ ਐਮ ਨੋਟ ਐਨੀ ਵਨ ਟੂ ਡਿਸਾਈਡ, ਪਰ ਕੀ ਇਸ ਚਾਰਜਿਸ ਤੋਂ ਅਬਜ਼ਰਵ ਕਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਬਿਫੋਰ ਅਪੁਆਇੰਟਿੰਗ ਹਿਮ ਐਜ਼ ਦ ਡੀ ਜੀ ਪੀ ਆਫ ਪੰਜਾਬ ਕਿ ਉਹ ਜਿਹੜੇ ਐਸ ਆਈ ਟੀ ਦੇ ਆਰੋਪ ਸੀਗੇ ਹੈਵ ਦੇ ਬੀਨ ਇਨਵੈਸਟੀਗੇਟਿਡ ਅਪੌਨ? ਇਸ ਦੇਰ ਐਨੀ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਕੈਨ ਟੈਲ ਅਸ ਸ਼ੋ ਅਸ ਕਿ ਜਿਹੜਾ ਮੈਂ ਡੀ ਜੀ ਪੀ ਲਾ ਰਿਹਾ ਇਹਦੇ 'ਤੇ ਆਹ ਇਲਜ਼ਾਮ ਸੀਗੇ ਪਰ ਅਸੀਂ ਆਹ ਇਨਵੈਸਟੀਗੇਸ਼ਨ ਕੀਤੀ ਅਤੇ ਇਲਜ਼ਾਮ ਤੋਂ ਅਸੀਂ ਬਰੀ ਕਰ ਦਿੱਤਾ? ਉਹ ਇਲਜ਼ਾਮ ਅੱਜ ਵੀ ਸਟੈਂਡ ਕਰਦੇ ਨੇ। ਇਸ ਲਈ ਇਸ ਤਰ੍ਹਾਂ ਦੇ ਵਿਅਕਤੀ ਨੂੰ ਪੰਜਾਬ ਦੇ ਵਿੱਚ ਡੀ ਜੀ ਪੀ ਲਾਉਣਾ, ਇਟ ਓਨਲੀ ਸ਼ੋਜ਼ ਦੈਟ ਪੰਜਾਬ ਗਵਰਨਮੈਂਟ ਹੈਜ਼ ਗਿਵਨ ਅਪ ਇਟਸ ਹੋਮ ਡਿਪਾਰਟਮੈਂਟ ਪਰਟੀਕੁਲਰਲੀ ਦੀ ਪੁਲਿਸ ਮਸ਼ੀਨਰੀ ਇਨ ਟੂ ਦੀ ਹੈਂਡਸ ਆਫ ਦੀ ਬੀਜੇਪੀ ਗਵਰਨਮੈਂਟ ਮਿਸਟਰ ਅਜੀਤ ਡੋਵਲ। ਕਾਰਨ ਸਪਸ਼ਟ ਆ, ਕੈਪਟਨ ਸਾਹਿਬ ਦੇ ਜਵਾਈ 'ਤੇ ਮੁਕੱਦਮਾ ਚੱਲਦਾ ਵਾ ਸਿੰਭੌਲੀ ਸ਼ੂਗਰ ਮਿਲ ਦਾ, 200 ਕਰੋੜ ਰੁਪਈਏ ਦੇ ਸੀ ਬੀ ਆਈ ਦਾ ਗਮਨ ਦਾ, ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਉੱਤੇ ਬ੍ਰਿਟਿਸ਼ ਵਰਜਨ ਆਈਲੈਂਡ ਸਰਕਾਰ ਵੱਲੋਂ ਲੁਧਿਆਣਾ ਦੀ ਅਦਾਲਤ ਵਿੱਚ ਹੈਵਿੰਗ ਬਲੈਕ ਮਨੀ ਅਕਾਊਂਟਸ ਇਨ ਦਾ ਸਵਿਟਜ਼ਰਲੈਂਡ ਬੈਂਕ ਅਕਾਊਂਟਸ, ਹੈਵਿੰਗ ਪ੍ਰੋਪਰਟੀਜ਼ ਇਨ ਦੁਬਈ ਐਂਡ ਵਿਲਾਜ਼ ਇਨ ਲੰਡਨ। ਇਹ ਸਾਰੀਆਂ ਸ਼ਿਕਾਇਤਾਂ ਨੂੰ ਕਰਕੇ ਕੈਪਟਨ ਸਾਹਿਬ ਦੀ ਘੁੰਡੀ ਬੀਜੇਪੀ ਵਾਲਿਆਂ ਦੇ ਹੱਥ ਵਿੱਚ ਸੀ ਅਤੇ ਉਹਨਾਂ ਨੇ ਆਪਣਾ ਅਪੁਆਇੰਟ, ਪਹਿਲਾਂ ਵੀ ਸੁਰੇਸ਼ ਅਰੋੜਾ ਅਪੁਆਇੰਟੀ ਉਹਨਾਂ ਦਾ ਸੀਗਾ। ਫਸਟ ਟਾਈਮ ਆਈ ਹੈਵ ਸੀਨ ਇਨ ਦਾ ਹਿਸਟਰੀ ਆਫ ਪੰਜਾਬ ਕਿ ਇੱਕ ਡੀ ਜੀ ਪੀ ਜਿਹੜਾ ਅਕਾਲੀਆਂ ਦਾ ਸੀ ਉਹ ਕੈਪਟਨ ਸਾਹਿਬ ਨੇ ਬੋਰੋ ਕਰਕੇ ਡੀ ਜੀ ਪੀ ਲਾ ਦਿੱਤਾ। ਔਰ ਸਭ ਤੋਂ ਦੁਖਦਾਈ ਗੱਲ ਇਹ ਸੀਗੀ ਕਿ ਕੈਪਟਨ ਸਾਹਿਬ ਨੇ ਕਿਹਾ ਕਿ ਪੋਲੀਟੀਕਲ ਵੈਂਡੇਟਾ ਕਰਦੀ ਸੀ ਪੰਜਾਬ ਪੁਲਿਸ ਸੁਖਬੀਰ ਬਾਦਲ ਦੇ ਥੱਲੇ। ਕੌਣ ਕਰਦਾ ਸੀਗਾ? ਪੁਲਿਸ ਦਾ ਹੈੱਡ ਸੁਰੇਸ਼ ਅਰੋੜਾ ਸੀਗਾ। ਇਹਦਾ ਮਤਲਬ ਸੁਰੇਸ਼ ਅਰੋੜਾ ਦੇ ਉੱਤੇ ਕਹਿ ਰਹੇ ਸੀ, ਇਲਜ਼ਾਮ ਲਾ ਰਹੇ ਸੀਗੇ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਕਾਂਗਰਸ ਦੇ ਰੈਂਕ ਐਂਡ ਫਾਈਲ ਤੇ ਹਜ਼ਾਰਾਂ ਝੂਠੇ ਮੁਕੱਦਮੇ ਦਰਜ ਕੀਤੇ ਐਂਡ ਫੋਰ ਦੈਟ ਪਰਪਸ ਹੀ ਆਲਸੋ ਸੈਟ ਅਪ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ। ਬਟ ਹੂ ਵਾਸ ਦ ਡੀ ਜੀ ਪੀ ਅੰਡਰ ਹੂਜ਼ ਕਮਾਂਡ ਵਾਸ ਦ ਪੁਲਿਸ ਰਜਿਸਟਰਿੰਗ ਫਾਲਸ ਕੇਸਿਸ ਅਗੇਂਸਟ ਦ ਕਾਂਗਰਸ ਪਾਰਟੀ ਵਰਕਰਸ ਕੇਡਰਸ ਲੀਡਰਸ? ਸੁਰੇਸ਼ ਅਰੋੜਾ ਦਾ। ਪਰ ਸੁਰੇਸ਼ ਅਰੋੜਾ ਨੂੰ ਡੀ ਜੀ ਪੀ ਫਿਰ ਕੈਪਟਨ ਸਾਹਿਬ ਨੇ ਆਪਣੀ ਮਰਜ਼ੀ ਦੇ ਨਾਲ ਐਕਸਟੈਂਡ ਕਰਤਾ। ਇੱਥੋਂ ਮਤ ਨਜ਼ਰ ਆਉਂਦਾ ਕਿ ਕੈਪਟਨ ਸਾਹਿਬ ਸਕੰਬ ਕਰਦੇ ਨੇ ਔਰ ਸਾਡਾ ਇੱਕ ਇੰਪੋਰਟੈਂਟ ਅੰਗ ਪੰਜਾਬ ਦਾ ਬਾਰਡਰ ਸਟੇਟ ਦਾ ਇਹਨਾਂ ਨੇ ਦਿੱਲੀ ਦੀ ਗਿਰਵੀ, ਦਿੱਲੀ ਦੀ ਜਿਹੜੀ ਹੈਗੀ ਆ ਬੀ ਜੇ ਪੀ ਦੀ ਸਰਕਾਰ ਉਸ ਦੇ ਮੋਹਰੇ ਗਿਰਵੀ ਰੱਖਿਆ ਹੋਇਆ ਵਾ। ਬਿਊਰੋ ਰਿਪੋਰਟ, ਬੁਲੰਦ ਟੀਵੀ।